ਭੇਜਣਾ ਸੀ, ਆਪਣੇ ਹੱਥੀ ਬਾਹਰ ਭੇਜਣਾ ਸੀ, ਹੁਣ ਮੈਨੂੰ ਮੇਰਾ ਭਰਾ ਬਾਹਰ ਕੌਣ ਭੇਜੂਗਾ, ਮੈਨੂੰ ਬਾਹਰ ਕੌਣ ਭੇਜੂਗਾ। ਆਪਣੇ ਪਰਸ ਚ ਆਪਣੇ ਸਕੂਲ ਬੈਗ ਚ ਉਹਦੇ ਫੋਟੋ ਰੱਖਦੀ ਸੀ, ਉਹਨੂੰ ਦੇਖਦੀ ਰਹਿੰਦੀ ਸੀ 24 ਘੰਟੇ। ਹੁਣ ਕਿੱਥੇ ਦੇਖੂਗੀ? ਆਰਮੀ ਚ ਨੀ ਜਾਣਾ, ਮੈਂ ਆਰਮੀ ਚ ਮੈਂ ਤਾਂ ਫਾਰਮ ਵੀ ਭਰਤੇ, ਮੇਰੇ ਫਾਰਮ ਪਾੜਦੇ, ਉਹਨੇ ਮੇਰੇ ਫਾਰਮ ਪਾੜਦੇ। ਕਹਿੰਦੇ ਆਰਮੀ ਚ ਨੀ ਜਾਣਾ, ਤੈਨੂੰ ਮੈਂ ਬਾਹਰ ਭੇਜਣਾ। ਮੈਂ ਜਿੱਥੇ ਤੂੰ ਜਾਏਗਾ ਉੱਥੇ ਮੈਂ ਜਾਊਂਗਾ। ਕਹਿੰਦਾ ਤੇਰਾ ਭਰਾ ਪੈਰਾਂ ਤੇ ਖੜਾ ਹੋ ਗਿਆ, ਤੈਨੂੰ ਹੁਣ ਟੱਟੀ ਵੱਖ ਨੀ ਲੱਗਣ, ਤਾਂ ਤੂੰ ਜਿਹੜਾ ਕੁਛ ਕਰਨਾ ਕਰ, ਮੈਂ ਤੈਨੂੰ ਐਸ ਕਰਾਉਂਗਾ, ਤੇਰੀ ਅੱਖਾਂ ਚ ਪਰ ਪਾਣੀ ਨੀ ਆਉਣਾ ਚਾਹੀਦਾ, ਜਿਹੜਾ ਕੁਛ ਕਰਨਾ ਕਰ। ਅਜੇ ਸਿੰਘ ਦੇ ਪਰਿਵਾਰ ਦੇ ਵਿੱਚ ਖੜੇ ਆ ਇਸ ਵੇਲੇ, ਸਵੇਰ ਦੇ ਇੱਥੋਂ ਆ ਕੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਇਸ ਸਮੇਂ ਇੰਨਾ ਕੁ ਭਾਵੁਕ ਮਾਹੌਲ ਹੋਇਆ ਹੈ, ਦੇਖਿਆ ਨਹੀਂ ਜਾ ਰਿਹਾ। ਪਰਿਵਾਰ ਦੇ ਨਾਲ ਜਦ ਗੱਲਾਂ ਕਰਦੇ ਹਾਂ ਤਾਂ ਪਤਾ ਲੱਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਨੇ ਅਜੇ ਨੂੰ ਪਾਲਿਆ ਸੀ। ਅਸੀਂ ਗਰਾਊਂਡ ਜਾ ਕੇ ਆਏ ਹਾਂ ਅਜੇ ਦੇ ਥੋੜ੍ਹੀ ਦੇਰ ਪਹਿਲਾਂ, ਜਿੱਥੇ ਟ੍ਰੇਨਿੰਗ ਕਰਕੇ ਗਿਆ ਸੀ ਨਾਲ ਦੇ ਸਾਥੀਆਂ ਨੇ ਦੱਸਿਆ ਕਿ ਕਿਵੇਂ ਉਦੋਂ ਮਿਹਨਤ ਕਰਦਾ ਸੀ। ਪਿੱਛੇ ਦਿਖਾਉਣਾ ਤੁਹਾਨੂੰ, ਮੇਰੇ ਭੈਣ ਮੌਜੂਦ ਆ ਅਜੇ ਦੇ, ਇੱਧਰ ਬਾਕੀ ਪਰਿਵਾਰ ਮੌਜੂਦ ਆ, ਭੈਣਾਂ ਅੰਦਰ ਮੌਜੂਦ ਨੇ ਜਿੱਥੇ ਸਾਰੇ ਅੱਜ ਦੁੱਖ ਦੇ ਟਾਈਮ ਪਹੁੰਚੇ ਹੋਏ ਨੇ। ਬੇਬੇ ਜਦ ਅਜੇ ਦੀ ਗੱਲ ਕਰਦੇ ਹਾਂ, ਛੋਟੇ ਹੁੰਦੇ ਤੋਂ ਤੁਸੀਂ ਤਾਂ ਦੇਖਿਆ ਹੋਣਾ, ਅੱਜ ਪਤਾ ਲੱਗ ਰਿਹਾ ਇਸ ਤਰੀਕੇ ਨਾਲ ਮੁੰਡੇ ਨਾਲ ਹੋ ਗਿਆ, ਕਿਵੇਂ ਲੱਗ ਰਿਹਾ? ਬੜਾ ਬੜਾ ਔਖਾ ਮਾਹੌਲ ਹੈ, ਇਹੋ ਜਿਹੇ 'ਚ ਗੱਲ ਕਰਨੀ ਕਾਫੀ ਮੁਸ਼ਕਿਲ ਹੈ, ਕਿਉਂਕਿ ਅਸੀਂ ਜਦ ਅੰਦਰ ਪਹੁੰਚਦੇ ਹਾਂ ਬਹੁਤ ਸੰਜੀਦਗੀ ਨਾਲ ਅੱਗੇ ਸਾਨੂੰ ਗੱਲ ਕਰਨੀ ਪੈਂਦੀ ਹੈ। ਅਸੀਂ ਬਹੁਤ ਭਾਵੁਕ ਮਾਹੌਲ ਹੈ, ਬਹੁਤ ਭਾਵੁਕ ਮਾਹੌਲ ਹੈ ਇੱਥੇ। ਇਹ ਭੈਣ ਹੈ ਸਾਹਮਣੇ, ਅਜੇ ਦੀ ਭੈਣ ਹੈ, ਉਹ ਭੈਣ ਆਪਣੇ ਉਹ ਸਰਟੀਫਿਕੇਟ ਦਿਖਾ ਰਹੀ ਹੈ ਜੋ ਕਿ ਪੜ੍ਹਦੀ ਸੀ ਅਤੇ ਪੜ੍ਹਿਆ ਕਰਦੀ ਸੀ। ਭੈਣ ਅੱਜ ਆਪਣੇ ਸਰਟੀਫਿਕੇਟ ਕੱਢ ਕੇ ਮੂਹਰੇ ਖੜੀ ਹੈ, ਪਰ ਕੁਝ ਪਤਾ ਨਹੀਂ ਇਸ ਭੈਣ ਨੂੰ। ਭੈਣਾਂ ਨੂੰ ਪਹਿਲਾਂ ਦੱਸਿਆ ਨਹੀਂ ਸੀਗਾ ਇਸ ਬਾਰੇ, ਬਾਅਦ ਦੇ ਵਿੱਚ ਭੈਣਾਂ ਦੂਰੋਂ ਦੂਰੋਂ ਪਹੁੰਚੀਆਂ, ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਗਿਆ ਇੱਕ ਤੋਂ ਬਾਅਦ ਇੱਕ ਸਾਰੀਆਂ ਭੈਣਾਂ ਇੱਥੇ ਪਹੁੰਚੀਆਂ ਨੇ। ਇਸ ਸਮੇਂ ਅਜੇ ਦੇ ਘਰ ਦੇ ਅੰਦਰ ਅਸੀਂ ਮੌਜੂਦ ਹਾਂ। ਅਜੇ ਦੀ ਇਹ ਸਭ ਤੋਂ ਛੋਟੀ ਭੈਣ ਹੈ ਜਿਸ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਅਜੇ ਸਭ ਤੋਂ ਛੋਟੀ ਭੈਣ ਜਿਸਨੂੰ ਕਿ ਪੜ੍ਹਾ ਰਹੇ ਸੀ। ਭੇਜਣਾ ਸੀ, ਆਪਣੇ ਹੱਥੀ ਬਾਹਰ ਭੇਜਣਾ ਸੀ, ਹੁਣ ਮੈਨੂੰ ਮੇਰਾ ਭਰਾ ਬਾਹਰ ਕੌਣ ਭੇਜੂਗਾ, ਮੈਨੂੰ ਬਾਹਰ ਕੌਣ ਭੇਜੂਗਾ?
ਆਪਣੇ ਸਕੂਲ ਬੈਗ ਚ ਓਹਦੇ ਫੋਟੋ ਰੱਖਦੀ ਸੀ, ਓਹਨੂੰ ਦੇਖਦੀ ਰਹਿੰਦੀ ਸੀ 24 ਘੰਟੇ। ਹੁਣ ਕਿੱਥੇ ਦੇਖੂ, ਅਸੀਂ ਦੇਖਾਂਗੇ ਅਸੀਂ ਅੱਗੇ ਗਰੀਬ ਕੀ ਕਰਨੀਆਂ ਨੇ, ਕੀ ਕਰਨੀਆਂ ਸਾਨੂੰ ਕੀ ਕਰਨੀਆਂ ਸੀ। ਹਾਂ ਮੈਂ ਤਾਂ ਆਪ ਉਹਦੇ ਨਾਲ ਆਈ ਸੀ, ਆਰਮੀ ਚ ਨਹੀਂ ਜਾਣਾ, ਮੈਂ ਆਰਮੀ ਚ ਜਾਣਾ, ਮੈਂ ਤਾਂ ਫਾਰਮ ਵੀ ਭਰਦੇ, ਮੇਰੇ ਫਾਰਮ ਪਾੜਦੇ, ਉਹਨੇ ਮੇਰੇ ਫਾਰਮ ਪਾੜਦੇ, ਕਹਿੰਦੇ ਆਰਮੀ ਚ ਨਹੀਂ ਜਾਣਾ, ਤੈਨੂੰ ਮੈਂ ਬਾਹਰ ਭੇਜਣਾ, ਮੈਂ ਜਿੱਥੇ ਤੂੰ ਜਾਏਗਾ ਉੱਥੇ ਮੈਂ ਜਾਊਂਗੀ, ਉਹਨੇ ਮੇਰੇ ਫਾਰਮ ਪਾੜਦੇ ਸਾਰੇ। ਕਹਿੰਦਾ ਨਹੀਂ ਤੂੰ ਮੇਰੇ ਨਾਲ ਨਹੀਂ ਜਾਣਾ, ਮੈਂ ਤਾਂ ਉਹਦੇ ਨਾਲ ਨਹੀਂ ਜਾਣਾ ਸੀ, ਮੈਂ ਤਾਂ ਆਰਮੀ ਚ ਜਾਣਾ। ਜਨਮਦਿਨ ਸੀ, ਮੈਂ ਤਾਂ ਉਹਦੇ ਨਾਲ ਗੱਲਾਂ ਕਰਨੀਆਂ ਸੀਗੀਆਂ, ਮੈਂ ਉਹਨੂੰ ਕਹਿਣਾ ਸੀ ਮੇਰੇ ਕੋਲ ਆ ਜਾ ਵੀਰੇ, ਹੁਣ ਅਸੀਂ ਕੀ ਕਰਾਂਗੇ, ਸਾਡਾ ਜਹਾਨ ਵਸਦਾ ਸੀ, ਮੈਂ ਤਾਂ ਦੇਖ ਕੇ ਉਹਨੂੰ ਜੀਂਦੀ ਸੀ ਵੀਰੇ, ਕੀ ਕਰੀਏ। ਉਹ ਤਾਂ ਕਹਿੰਦਾ ਤੇਰਾ ਭਰਾ ਪੈਰਾਂ ਤੇ ਖੜਾ ਹੋ ਗਿਆ, ਤੈਨੂੰ ਹੁਣ ਤੀਵਾ ਨੀ ਲੱਗਣ, ਤਾਂ ਤੂੰ ਜਿਹੜਾ ਕੁਛ ਕਰਨਾ ਕਰ, ਮੈਂ ਤੈਨੂੰ ਐਸ ਕਰਾਉਂਗਾ, ਤੇਰੀ ਅੱਖਾਂ ਚ ਪਰ ਪਾਣੀ ਨੀ ਆਉਣਾ ਚਾਹੀਦਾ, ਜਿਹੜਾ ਕੁਛ ਕਰਨਾ ਕਰ। ਹੁਣ ਅਸੀਂ ਕੀ ਕਰਾਂਗੇ, ਕੌਣ ਸਾਨੂੰ ਕੌਣ ਲਿਖਾਊਗਾ, ਕੌਣ ਅਸੀਂ ਉਹਦੇ ਸੁਪਨੇ ਪੂਰੇ ਕਰਨੇ ਆ, ਉਹਨੇ ਕਿਹਾ ਬਾਹਰ ਜਾਣਾ, ਮੈਂ ਉਹਦੇ ਲਈ ਬਾਹਰ ਜਾਣਾ ਆ, ਮੈਂ ਜਾਣਾ, ਮੈਂ ਉਹਨੂੰ ਦੇਖਣਾ ਚਾਹੁੰਦੀ ਆ, ਮੈਂ ਉਹਨੂੰ ਆਪਣੀ ਝੋਲੀ ਚ ਦੇਖਣਾ ਚਾਹੁੰਦੀ ਆ, ਉਹ ਸਾਨੂੰ ਸੇਤੀ ਲਿਆ ਦੋ, ਮੈਂ ਉਹਨੂੰ ਆਪਣੇ ਬੁੱਕਲ ਚ ਲੈ ਕੇ ਉਹਨੂੰ ਲੁਕੋ ਕੇ ਉਹਨੂੰ ਉਹਦੀ ਨਜ਼ਰਾਂ ਤਾਰਨਾ ਚਾਹੁੰਦੀ ਆ ਰੱਬਾ, ਮੈਂ ਉਹਦੇ ਬਿਨਾਂ ਇੱਕ ਪਲ ਨੀ ਰਹਿ ਸਕਦੀ, ਮੈਂ ਲਾਡਲੀ ਸੀ ਉਹਦੀ, ਉਹ ਕਿਵੇਂ ਰਹਿੰਦਾ ਹੋਊ ਮੇਰੇ ਤੋਂ ਬਿਨਾਂ। ਔਰ ਇੱਕ ਵਾਰ ਮੇਰੇ ਨਾਲ ਗੱਲ ਕਰਦਾ ਸੀ, ਅੱਜ ਮੇਰੇ ਨਾਲ ਗੱਲ ਨਹੀਂ ਕਰਦਾ, 2-4 ਦਿਨ ਹੋ ਗਏ ਮੇਰੇ ਨਾਲ ਗੱਲ ਨਹੀਂ ਕਰੀ, ਉਹਨੇ ਮੇਰੇ ਨਾਲ ਗੱਲ ਨਹੀਂ ਕਰੀ, ਅਸੀਂ ਕੀ ਕਰੀਏ, ਅਸੀਂ ਕੀ ਕਰੀਏ, ਇੱਥੇ ਜਦ ਪਹੁੰਚਿਆ ਸਭ ਤੋਂ ਛੋਟੀ ਭੈਣ ਸੀ, ਜਦ ਛੋਟੀ ਭੈਣ ਦਾ ਵਿਆਹ, ਉਹਦਾ ਕੱਲ ਜਨਮ ਦਿਨ ਸੀ, ਮਾਤਾ ਇੱਧਰ ਮੈਂ ਤਾਂ ਗਰੀਬੀ ਨਾਲ ਵਿਆਹ ਲਿਆ ਸੀ, ਮੈਂ ਤਾਂ ਇਹ ਵੀ ਵਿਆਹ ਲੈਂਦੀ ਸੀ, ਪੜ੍ਹਾਈ ਕਰ ਕਰਕੇ ਮਨਰੇਗਾ ਚ ਕੰਮ ਕਰ ਕਰਕੇ ਬੇਬੇ ਨੇ ਪੁੱਤ ਨਾ ਕਰਦਾ, ਏਦਾਂ ਦੀਆਂ ਗੱਲਾਂ ਉਹ ਤੋਂ ਏਦਾਂ ਦੀਆਂ ਗੱਲਾਂ ਨਾ ਕਰਦਾ, ਤੂੰ ਨਾ ਜਾਂਦਾ, ਉਹ ਤੂੰ ਨਾ ਜਾਂਦਾ, ਮੈਂ ਤੈਨੂੰ ਰੋਕਦੀ ਸੀ, ਉਹ ਮੈਂ ਆਪਣੇ ਬੱਚੇ ਨੂੰ ਬੜਾ ਔਖਾ ਪੜਾਇਆ, ਉਹ ਮੇਰੇ ਬੱਚੇ ਨੂੰ ਮੈਂ ਵਸਾਈ ਫੜਾਇਆ, ਉਹ ਦਸਵੀਂ ਦਸਵੀਂ ਚ ਵੀ ਰਹਿ ਗਿਆ ਸੀ, ਉਹ ਮੈਂ ਦੁਬਾਰਾ ਫੇਰ ਦਸਵੀਂ ਕਰਾਈ ਵੀ ਮੇਰਾ ਪੁੱਤ ਕਿਤੇ ਕਿਤੇ ਲੱਗ ਜਾਊ, ਓਏ ਉਹ ਮਾਤਾ ਅਨਪੜ ਸੀ, ਉਹ ਬੱਚੇ ਤਾਂ ਸਾਰੇ ਹੀ ਪੜਾ ਲੈ, ਉਹ ਮੈਂ ਤਾਂ ਅਨਪੜ ਸੀਗੀ, ਉਹ ਮੇਰੇ ਤਾਂ ਬੱਚੇ ਸਾਰੇ ਹੀ ਪੜਾ ਲੈ, ਉਹ ਮੇਰੇ ਰੱਬਾ ਤੂੰ ਮੇਰੇ ਨਾਲ ਇੰਨਾ ਧੋਖਾ ਕਰਦਾ, ਉਹ ਮੇਰਾ ਪੁੱਤ ਤੂੰ ਮੈਨੂੰ ਵਾਪਸ ਕਰ ਦੇ, ਮੈਂ ਤਾਂ ਉਹਦੇ ਤੋਂ ਬਗੈਰ ਮਰ ਜਾਊਗੀ, ਮੈਂ ਤਾਂ ਉਹਦੇ ਤੋਂ ਬਗੈਰ ਮਰ ਜਾਊਗੀ, ਉਹ ਮੈਂ ਤਾਂ ਉਹਦੇ ਬਗੈਰ ਰੁਲ ਜਾਊਗੀ, ਉਹ ਮੈਨੂੰ ਤਾਂ ਉਹ ਕੱਖਾਂ ਦੀਆਂ ਗਲੀਆਂ ਦਾ ਰੁਲ ਗਿਆ, ਉਹ ਮੈਨੂੰ ਉਹ ਗਲੀਆਂ ਚ ਰੁਲ ਗਿਆ। ਤਸਵੀਰਾਂ ਦੇਖੀਆਂ ਨੀ ਜਾ ਰਹੀਆਂ, ਮਾਂ ਦੇ ਦਿਲ ਦਾ ਦਰਦ ਇਸ ਸਮੇਂ ਨਹੀਂ ਬਰਦਾਸ਼ਤ ਹੋ ਰਹੇ, ਤਸਵੀਰਾਂ ਜਦ ਦੇਖ ਰਹੇ ਇਸ ਸਮੇਂ ਇੱਕ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਇਹ ਗੱਲ, ਉਹ ਦਰਦ ਮਹਿਸੂਸ ਹੋ ਸਕਦਾ, ਬਿਆਨ ਨਹੀਂ ਹੋ ਸਕਦਾ।